ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 2 ਮਹੀਨੇ ਹੋ ਗਏ ਨੇ ਪਰ ਹੁਣ 10 ਜੂਨ ਨੂੰ ਮੁੜ ਤੋਂ ਪੰਜਾਬ ਦੇ ਵਿੱਚ ਵੋਟਾਂ ਪੈਣ ਜਾਣੀਆਂ ਨੇ ਦੱਸ ਦਈਏ ਕਿ 10 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਹੋਵੇਗਾ ਇਸ ਦੇ ਨਾਲ ਹੀ 31 ਮਈ ਤੱਕ ਜਿਹੜੇ ਨਾਮਿਨੇਸ਼ਨ ਹੈ ਨਾਮਜ਼ਦਗੀ ਪੱਤਰ ਹੈ ਉਹ ਭਰੇ ਜਾ ਸਕਣਗੇ ਅਤੇ 3 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾਣਗੇ 10 ਜੂਨ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਦੱਸਦੀ ਹੈ ਕਿ 10 ਜੂਨ ਨੂੰ ਵੋਟਾਂ ਪੈਣੀਆਂ ਨੇ ਪਰ ਇਹ ਵੋਟਾਂ ਜਿਹੜੀਆਂ ਨੇ ਉਹ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਨੇ ਰਾਜ ਸਭਾ ਮੈਂਬਰਾਂ ਦੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਵੋਟਾਂ ਪੈਣੀਆਂ ਨੇ ਦੱਸਦੀ ਹੈ ਕਿ ਪਹਿਲਾਂ ਵਿਧਾਨ ਸਭਾ ਦੇ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ 10 ਮਾਰਚ ਨੂੰ ਨਤੀਜੇ ਆਏ ਸਨ ਤੇ ਹੁਣ ਮੁਰ 10 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਪਾਰੇ ਵੋਟਾਂ ਵਿਧਾਨ ਸਭਾ ਦੀਆਂ ਨਹੀਂ ਰਾਜ ਸਭਾ ਦੀਆਂ ਨੇ ਦੱਸ ਦਿੱਤੀ ਕਿ ਰਾਜ ਸਭਾ ਦੇ ਦੋ ਮੈਂਬਰ ਚੁਣੇ ਜਾਣੇ ਨੇ ਪਹਿਲਾਂ ਪੰਜ ਚੁਣੇ ਗਏ ਨੇ ਤਾਂ ਹੁਣ ਦੋ ਹੋਰ ਰਾਜ ਸਭਾ ਦੀਆਂ ਸੀਟਾਂ ਖਾਲੀ ਹੋ ਰਹੀਆਂ ਨੇ ਜਿਸ ਦੇ ਜਿਹੜੇ ਦੋ ਨਵੇਂ ਰਾਜ ਸਭਾ ਮੈਂਬਰ ਚੁਣੇ ਜਾਣਗੇ ਅੰਬਿਕਾ ਸੋਨੀ ਦੀ ਸੀਟ ਖਾਲੀ ਹੋ ਰਹੀ ਹੈ ਬਲਵਿੰਦਰ ਸਿੰਘ ਭੂੰਦੜ ਦੀ ਸੀਟ ਖਾਲੀ ਹੋ ਰਹੀ ਹੈ ਅੰਬਿਕਾ ਸੋਨੀ ਕਾਂਗਰਸ ਤੋਂ ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਤੋਂ ਰਾਜ ਸਭਾ ਮੈਂਬਰ ਸੀ ਦੱਸਦੇ ਕਿ ਪੰਜਾਬ ਦੇ ਵਿੱਚ ਹੁਣ 10 ਜੂਨ ਨੂੰ ਵੋਟਾਂ ਪੈਣੀਆਂ ਨੇ 24 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ 31 ਮਈ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ ਤੇ 1 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਜਦਕਿ 3 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ 10 ਜੂਨ ਨੂੰ ਵੋਟਾਂ ਪੈਣੀਆਂ ਨੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣ ਦਾ ਸਮਾਂ ਹੈ ਤਾਂ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਫਰਵਰੀ ਦੇ ਵਿੱਚ ਵੋਟਾਂ ਪਈਆਂ ਸਨ ਤਾਂ ਹੁਣ ਜੂਨ ਦੇ ਵਿੱਚ ਵੋਟਾਂ ਪੈਣੀਆਂ ਨੇ ਪਰ ਇਹ ਵੋਟਾਂ ਤੁਸੀਂ ਨਹੀਂ ਪਾ ਸਕੋਗੇ ਕਿਉਂਕਿ ਇਹ ਵਿਧਾਇਕਾਂ ਦੀਆਂ ਵੋਟਾਂ ਨੇ ਵਿਧਾਇਕ ਵੋਟਾਂ ਪਾਉਣਗੇ ਰਾਜ ਸਭਾ ਮੈਂਬਰ ਚੁਣੇ ਜਾਣਗੇ ਹਾਲਾਂਕਿ ਪਹਿਲਾਂ ਜਿਹੜੇ ਨਿਰਵਿਰੋਧ ਪੰਜ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਚੁਣੇ ਜਾ ਚੁੱਕੇ ਨੇ ਤੇ ਹੁਣ ਦੋ ਹੋਰ ਰਾਜ ਸਭਾ ਮੈਂਬਰ ਪੰਜਾਬ ਦੇ ਵਿੱਚੋਂ ਚੁਣੇ ਜਾਣੇ ਨੇ ਪੰਜਾਬ ਦੇ ਵਿੱਚ 7 ਰਾਜ ਸਭਾ ਸੀਟਾਂ ਨੇ ਜਿਸ ਦੇ ਵਿੱਚੋਂ ਜਿਹੜੀਆਂ ਦੱਸ ਦਈਏ ਕਿ ਜਿਹੜੀਆਂ 5 ਸੀਟਾਂ ਭਰੀਆਂ ਜਾ ਚੁੱਕੀਆਂ ਨੇ ਦੋ ਸੀਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੁਣ ਹੋਰ ਖਾਲੀ ਹੋ ਰਹੀਆਂ ਨੇ ਬਲਵਿੰਦਰ ਸਿੰਘ ਭੁੰਦੜ ਅਤੇ ਅੰਬਿਕਾ ਸੋਨੀ ਦੋਵਾਂ ਦੀ ਜਿਹੜੀ ਸੀਟ ਆ ਉਹ ਖਾਲੀ ਹੋ ਰਹੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਵੋਟਾਂ ਪੈਣਗੀਆਂ ਵਿਧਾਇਕ ਜਿਹੜੇ ਨੇ ਉਹ ਵੋਟਾਂ ਪਾ ਸਕਣਗੇ ਤੇ ਪੰਜਾਬ ਦੇ ਵਿੱਚੋਂ ਦੋ ਰਾਜ ਸਭਾ ਮੈਂਬਰ ਜਿਹੜੇ ਨੇ ਉਹ ਚੁਣੇ ਜਾਣੇ ਨੇ ਤਾਂ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਵਿਧਾਨ ਸਭਾ ਚੋਣਾ ਹੋ ਕੇ ਹਟੀਆਂ ਹੁਣ ਰਾਜ ਸਭਾ ਦੀਆਂ ਲਈ ਜਿਹੜੇ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣੀਆਂ ਨੇ ਤੇ ਜਿਮਨੀ ਚੋਣ ਵੀ ਹੋਣੀ ਹੈ ਜਿਹੜੀ ਸੰਗਰੂਰ ਸੀਟ ਹੈ ਸੰਗਰੂਰ ਸੀਟ ਦੇ ਉੱਤੇ ਭਗਵੰਤ ਮਾਨ ਸੰਸਦ ਸੀਗੇ ਇਕਲੌਤੇ ਸੰਸਦ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਤੇ ਹੁਣ ਜਿਹੜੀ ਉਹ ਸੀਟ ਵੀ ਖਾਲੀ ਹੋ ਚੁੱਕੀ ਹੈ ਤੇ 6 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਉਹ ਸੀਟ ਭਰਨੀ ਜ਼ਰੂਰੀ ਹੋਵੇਗੀ ਤਾਂ ਇਸ ਕਰਕੇ ਉੱਥੇ ਵੀ ਜਮਨੀ ਚੋਣ ਹੋਣੀ ਹੈ ਉਹ ਲੋਕ ਸਭਾ ਦੀ ਚੋਣ ਹੋਣੀ ਹੈ ਉੱਥੇ ਕਿਹੜੀ ਪਾਰਟੀ ਕਿਸ ਕੈਂਡੀਡੇਟ ਨੂੰ ਮੈਦਾਨ ਚ ਉਤਾਰਦੀ ਹੈ ਵੀ ਵੱਡੀ ਗੱਲ ਹੈ ਪਰ ਦੱਸ ਦਈਏ ਕਿ ਹੁਣ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਰਾਜ ਸਭਾ ਨੂੰ ਲੈ ਕੇ 10 ਜੂਨ ਨੂੰ ਵੋਟਾਂ ਪੈਣੀਆਂ ਨੇ 24 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਣਾ ਹੈ 31 ਮਈ ਤੱਕ ਨਾਮਜ਼ਦਗੀ ਪੱਤਰ ਭਰੇ ਜਾਣੇ ਨੇ 1 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਹੈ 3 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਨੇ ਦੱਸ ਜਿਏ ਕਿ ਪੰਜਾਬ ਦੇ ਵਿੱਚ ਦੋ ਸੀਟਾਂ ਜਿਹੜੀਆਂ ਖਾਲੀ ਹੋਈਆਂ ਨੇ ਉਹਨਾਂ ਤੇ ਵੋਟਾਂ ਪੈਣੀਆਂ ਨੇ ਤੇ ਵਿਧਾਇਕ ਜਿਹੜੇ ਨੇ ਇਹਨਾਂ ਵੋਟਾਂ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ ਤੇ ਹੁਣ ਆ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਿਉਂਕਿ ਵਿਧਾਇਕਾਂ ਦੀ ਗਿਣਤੀ 92 ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦਾ ਹੀ ਹੱਥ ਉੱਤੇ ਰਹਿਣ ਦੀ ਸੰਭਾਵਨਾ ਹੈ ਤੇ ਆਮ ਆਦਮੀ ਪਾਰਟੀ ਦੇ ਹੀ ਦੋ ਹੋਰ ਮੈਂਬਰ ਪੰਜਾਬ ਦੇ ਵਿੱਚੋਂ ਚੁਣੇ ਜਾ ਸਕਦੇ ਨੇ ਪਹਿਲਾਂ ਵੀ ਪੰਜ ਮੈਂਬਰ ਜਿਹੜੇ ਨੇ ਨਿਰਵਿਰੋਧ ਆਮ ਆਦਮੀ ਪਾਰਟੀ ਦੇ ਚੁਣੇ ਗਏ ਨੇ ਹਾਲਾਂਕਿ ਉਦੋਂ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਪੰਜਾਬ ਦੇ ਲੋਕਾਂ ਦੇ ਵੱਲੋਂ ਵੀ ਕਈਆਂ ਦੇ ਵੱਲੋਂ ਸਵਾਲ ਚੁੱਕੇ ਗਏ ਕਿ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਪੰਜਾਬ ਦੇ ਲੋਕ ਪੰਜਾਬ ਨਾਲ ਉਹਨਾਂ ਦਾ ਸਿੱਧਾ ਸਬੰਧ ਨਹੀਂ ਹੈ ਤੇ ਪੰਜਾਬ ਦੀ ਆਵਾਜ਼ ਉਹ ਕਿਵੇਂ ਬਣਨਗੇ ਹਾਲਾਂਕਿ ਰਾਗਬ ਚੱਡਾ ਦਿੱਲੀ ਤੋਂ ਨੇ ਤੇ ਜਿਸ ਢੰਗ ਦੇ ਨਾਲ ਲਵਲੀ ਯੂਨੀਵਰਸਿਟੀ ਤੋਂ ਨੇ ਇੱਕ ਰਾਜ ਸਭਾ ਮੈਂਬਰ ਜਿਹੜੇ ਨੇ ਜਾਂ ਇੱਕ ਲੁਧਿਆਣੇ ਤੋਂ ਵੀ ਨੇ ਕਾਰਪੋਰੇਟ ਨੇ ਤਾਂ ਇਸ ਢੰਗ ਦੇ ਨਾਲ ਹਰਪ੍ਰਜਨ ਸਿੰਘ ਕਰੈਕਟਰ ਵੀ ਨੇ ਤਾਂ ਜਿਹੜੇ 5 ਰਾਜ ਸਭਾ ਮੈਂਬਰ ਪੰਜਾਬ ਦੇ ਵਿੱਚ ਚੁਣੇ ਗਏ ਸਨ ਉਸ ਤੇ ਕਿੰਤੂ ਪ੍ਰੰਤੂ ਜ਼ਰੂਰ ਹੋਇਆ ਸੀਗਾ ਤੇ ਹੁਣ ਦੋ ਹੋਰ ਰਾਜ ਸਭਾ ਮੈਂਬਰ ਚੁਣੇ ਜਾਣੇ ਨੇ ਦੇਖਣਾ ਹੋਏਗਾ ਆਮ ਆਦਮੀ ਪਾਰਟੀ ਕਿਨਾਂ ਨੂੰ ਮੈਦਾਨ ਚ ਉਤਾਰਦੀ ਹੈ ਤਾਂ ਦੂਜੇ ਪਾਸੇ ਦੱਸਦੀਏ ਕਿ ਹੁਣ ਦੋ ਸੀਟਾਂ ਲਈ ਜਿਹੜੀਆਂ ਇਹ ਵੋਟਾਂ ਪੈਣਗੀਆਂ ਤੇ 10 ਜੂਨ ਨੂੰ ਇਹ ਵੋਟਾਂ ਪੈਣੀਆਂ ਨੇ 24 ਮਈ ਨੂੰ ਨੋਟੀਫਿਕੇਸ਼ਨ ਹੋਣਾ ਹੈ 31 ਨੂੰ ਨਾਮਜ਼ਦਗੀ ਪੱਤਰ ਭਰੇ ਜਾਣੇ ਨੇ 1 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਹੈ ਤੇ 3 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ 10 ਜੂਨ ਨੂੰ ਵੋਟਾਂ ਪੈਣੀਆਂ ਨੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਇਹ ਵੋਟਾਂ ਪੈਣੀਆਂ ਨੇ ਪੰਜਾਬ ਦੀਆਂ ਦੋ ਸੀਟਾਂ ਖਾਲੀ ਹੋ ਰਹੀਆਂ ਨੇ ਬਲਵਿੰਦਰ ਸਿੰਘ ਪੁੰਦੜ ਅਤੇ ਅੰਮਿਕਾ ਸੋਨੀ ਦੀ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਰਾਜ ਸਭਾ ਸੰਸਦ ਚੁਣੇ ਜਾਣਗੇ ਦੱਸਦੀ ਕਿ ਰਾਜ ਸਭਾ ਸੰਸਦ ਦਾ ਟਨਯੂਰ 6 ਸਾਲ ਦਾ ਹੁੰਦਾ ਏ ਪੰਜਾਬ ਦੇ ਵਿੱਚ 7 ਸੀਟਾਂ ਜਿਹੜੀਆਂ ਨੇ ਉਹ ਰਾਜ ਸਭਾ ਮੈਂਬਰਾਂ ਦੀਆਂ ਨੇ ਤੇ 13 ਸੀਟਾਂ ਲੋਕ ਸਭਾ ਦੀਆਂ ਨੇ ਜਿਸ ਦੇ ਵਿੱਚੋਂ ਇੱਕ ਸੀਟ ਖਾਲੀ ਐ ਸੰਗਰੂਰ ਦੀ ਜਿਮਨੀ ਚੋਂ ਉੱਥੇ ਵੀ ਹੋਣੀ ਐ ਉੱਥੇ ਵੀ ਇਸ ਵਾਰ ਮੁਕਾਬਲਾ ਦਿਲਚਸਪ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੇ ਮੰਡੇਟ ਦੇ ਨਾਲ ਸੱਤਾ ਦੇ ਵਿੱਚ ਆਈ ਐ ਕੀ ਜਿਹੜਾ ਸੰਗਰੂਰ ਦਾ ਕਿਲਾਏ ਆਮ ਆਦਮੀ ਪਾਰਟੀ ਬਚਾ ਸਕੀਗੀ ਇਹ ਵੀ ਦੇਖਣਾ ਹੋਏਗਾ ਤੇ ਦੂਜੇ ਪਾਸੇ ਹੁਣ ਰਾਜ ਸਭਾ ਦੀਆਂ ਦੋ ਸੀਟਾਂ ਲਈ ਵੋਟਾਂ ਵੀ 10 ਜੂਨ ਨੂੰ ਪੈਣੀਆਂ ਨੇ ਪੋਸਟ